ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੰਤਪੁਰਨੀ ਸੇਵਾ ਸੰਸਥੀ ਵੱਲੋਂ ਪੁਰਾਣੀ ਸਬਜ਼ੀ ਮੰਡੀ ਭੂਆਣ ਬਾਲ ਵਿੱਚ ਚੌਂਕ ਦੇ ਵਿੱਚ ਬਹੁਤ ਵੱਡਾ ਵਿਸ਼ਾਲ ਜਗਨ ਮਹਾਮਾਈ ਦੇ ਅਸ਼ੀਰਵਾਦ ਹੋਇਆ, ਜਿਸ ਦੇ ਵਿੱਚ ਮਹਾਮਾਈ ਦੀਆਂ 11 ਸਿੱਧਪੀਠ ਜੋਤਾਂ ਬਿਰਾਜਮਾਨ ਕੀਤੀਆਂ ਗਈਆਂ ਅਤੇ ਬਹੁਤ ਅੱਛੇ ਅੱਛੇ ਕਲਾਕਾਰਾਂ ਨੇ ਮਹਾਮਾਈ ਦਾ ਗੁਣਗਾਨ ਕੀਤਾ। ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਮਿਲਿਆ, ਉਹਨਾਂ ਦਾ ਬਹੁਤ ਸਮਰਥਨ ਮਿਲਿਆ ਅਤੇ ਚਿੰਤਪੁਰਨੀ ਸਾਰੇ ਚਿੰਤਪੁਰਨੀ ਸੇਵਾ ਸੰਸਥੀ ਦੇ ਸਾਰੇ ਮੈਂਬਰਾਂ ਦਾ ਬੜਾ ਸਹਿਯੋਗ ਮਿਲਿਆ ਅਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਮਾਤਾ ਦੀ ਆਖਰੀ ਉਹਨਾਂ ਸਹਿਯੋਗ ਲਈ ਅਤੇ ਬੇਨਤੀ ਕਰਦੇ ਕਿਸੇ ਤਰ੍ਹਾਂ ਸਾਡੇ 'ਤੇ ਕਿਰਪਾ ਬਣਾਈ ਰੱਖੀਓ। ਅਤੇ ਅੱਜ ਜੋਤਾਂ ਕਿੱਥੇ ਪਹੁੰਚੀਆਂ ਹੈਗੀਆਂ? ਇਹ ਸਾਡੇ ਘਰ ਤੋਂ ਲੈ ਕੇ ਅੱਜ ਵੈਸ਼ਨੋ ਦੇਵੀ ਧਾਮ ਜਿੱਦਾਂ ਅਸੀਂ ਹਰ ਸਾਲ ਇੱਥੇ ਲਿਆਉਂਦੇ ਹਾਂ, ਇਸ ਸਾਲ ਵੀ ਇਹ ਵੈਸ਼ਨੋ ਦੇਵੀ ਧਾਮ 'ਤੇ ਮਹਾਮਾਈ ਬਿਰਾਜਮਾਨ ਕਰਨ ਆਏ ਹਾਂ ਅਤੇ ਮਹਾਮਾਈ ਕੇ ਬੇਨਤੀ ਕਰਦੇ ਕਿ ਮਹਾਮਾਈ ਇਸੇ ਤਰ੍ਹਾਂ ਖੁਸ਼ੀ ਨਾਲ ਆਈ ਅਤੇ ਹਰ ਸਾਲ ਇੱਥੇ ਬਿਰਾਜਮਾਨ ਹੋਈ ਅਤੇ ਸਾਨੂੰ ਬੱਚਿਆਂ ਨੂੰ ਅਸ਼ੀਰਵਾਦ ਦਿੰਦੀ ਰਹੀ। ਜੈ ਮਾਤਾ ਦੀ। ਮੰਡੀ ਫੁਹਾਰਾ ਚੌਂਕ ਦੇ ਵਿੱਚ ਨਵਲੀ ਹੁਣਾਂ ਦਾ ਗਰੁੱਪ ਜਿਹੜਾ ਜਾਗਰੂ ਮਹਾਰਾਣੀ ਦਾ ਕਰਾਉਂਦਾ, ਪਿਛਲੀ ਵਾਰੀ ਇਹਨਾਂ 31 ਜੋਤਾਂ ਇੱਥੇ ਮਹਾਰਾਣੀ ਦੇ ਸਰੂਪ ਲੈ ਕੇ ਆ ਸੀਗੇ ਔਰ ਅਸੀਂ ਸਾਰੀ ਸੰਸਥਾ ਵੱਲੋਂ ਇਹਨਾਂ ਦਾ ਬੜਾ ਵਾਰ ਕਰਦੇ ਹਾਂ ਕਿ ਬੜੀ ਦੂਰੋਂ ਦੂਰੋਂ ਭਗਤ ਉੱਥੇ ਵੀ ਮਹਾਰਾਣੀ ਦੇ ਸਾਰੇ ਦਰਸ਼ਨ ਕਰਨ ਆਏ ਸੀਗੇ ਔਰ ਇੱਥੇ ਵੀ ਜਿਹੜੇ ਆ ਹਰ ਸਾਲ ਲੋਕ ਅਭਿਲਾਸ਼ਾ ਰੱਖ ਕੇ ਆਉਂਦੇ ਕਿ ਅਸੀਂ ਇੱਥੇ ਮਹਾਰਾਣੀ ਦਾ ਸਰੂਪ ਆਇਆ ਅਤੇ ਅਸੀਂ ਇਹਨਾਂ ਦੇ ਜੋਤਾਂ ਦੇ ਦਰਸ਼ਨ ਕਰਨੇ ਆ। ਅੱਜ ਬਹੁਤ ਮੰਦਰ ਵੈਸ਼ਨੋ ਧਾਮ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਆ ਕਿ ਜਿਹਦੇ ਨਾਲ ਕਿ ਸਾਰੀਆਂ ਮਹਾਰਾਣੀਆਂ ਇੱਥੇ ਬਿਰਾਜਮਾਨ ਆ ਔਰ ਸਾਰੇ ਭਗਤਾਂ ਨੂੰ ਆਪਣਾ ਆਸ਼ੀਰਵਾਦ ਦੇ ਰਹੀਆਂ ਆ। ਅਸੀਂ ਮਹਾਰਾਣੀ ਅੱਗੇ ਇਹੀ ਦੁਆ ਕਰਦੇ ਹਾਂ ਕਿ ਮਹਾਰਾਣੀ ਇਹ ਨਵਲੀ ਹੋਣਾ ਦੀ ਜਿੰਨੀ ਵੀ ਸੰਗਤ ਪਾਰਟੀ ਹੈਗੀ ਆ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੀ, ਇੱਦਾਂ ਹੀ ਇਹ ਰੌਣਕਾਂ ਲਾਈ ਜਾਣ ਉੱਥੇ ਵੀ ਅਤੇ ਇੱਥੇ ਮੰਦਰ ਦੇ ਵਿੱਚ। ਜੈ ਮਾਤਾ ਦੀ। ਜੈ ਮਾਤਾ ਦੀ। ਚਿੰਤਪੁਰਨੀ ਸੇਵਾ ਸਮਿਤੀ ਵੱਲੋਂ ਇਹ 11 ਜੋਤਾਂ ਵਾਲਾ ਮਹਾਮਾਈ ਦਾ ਜਾਗਰਣ ਕਰਾਇਆ ਗਿਆ ਸੀ, ਉਹਦੇ ਵਿੱਚ ਬੜੀ ਸ਼ਰਧਾ ਨਾਲ ਬਹੁਤ ਵਧੀਆ ਮਹਾਮਾਈ ਕਿਰਪਾ ਨਾਲ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ। ਅੱਜ ਤੁਸੀਂ ਦੇਖ ਸਕਦੇ ਹਾਂ ਮਈਆ ਜੀ ਅਸੀਂ ਨੌਕਰ ਤੇਰੇ ਵੈਸ਼ਨ ਧਾਮ ਇਹ ਮਾਤਾ ਦੀਆਂ ਜੋਤਾਂ ਲੈ ਕੇ ਇੱਥੇ ਆਏ ਆ, ਉਹ ਇਹਨਾਂ ਦਾ ਬਹੁਤ ਮੰਦਰ ਕਮੇਟੀ ਵੱਲੋਂ ਬਹੁਤ ਸਵਾਗਤ ਕੀਤਾ ਜਾਂਦਾ ਆ। ਮਹਾਮਾਈ ਦੀ ਅਪਾਰ ਕਿਰਪਾ ਸਭ 'ਤੇ ਬਣੀ ਰਹੇ। ਜੈ ਮਾਤਾ ਦੀ। ਇਹ ਜੋਤਾਂ ਚਿੰਤਪੁਰਨੀ ਜਵਾਲਾ ਜੀ ਵੈਸ਼ਨ ਦੇਵੀ ਕਾਂਗੜਾ ਦੇਵੀ ਚਮੁੰਡਾ ਦੇਵੀ ਆਸ਼ਾ ਦੇਵੀ ਇਹ 11 ਜੋਤਾਂ ਮਹਾਮਾਈ ਲੈ ਕੇ ਆਏ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.